और किसी लीडर ने कोई लीडर बांह खड़ी करके नरेंद्र मोदी भी नहीं आख सकता भी मैं दिता मोदी नु प्रधानमंत्री भी बादल ने बना बादल यार बादल ऐवें नहीं लोग कहने सियासत दा बाबा बोर्ड नहीं तो अडवाणी अर्गे ए पता की गल आ भाई कोई भी चीज आ सारी उम्र खा के बंदा बनता किसी लाइन च आ जा ओदी एक लाइन सीगी ओदी उहने सियासत शुरू की 1954 के 55 च ओदी एक सियासत लाइन बन गई ਹੁਣ ਦਿਮਾਗ ਨਾਲ ਚੱਲਿਆ ਬੰਦੇ ਦਾ ਉਹਦਾ ਦਿਮਾਗ ਸੀਗਾ ਉਹਨੇ ਦਿੱਤਾ ਵੀ ਬਹੁਤ ਕੁਛ ਲੋਕਾਂ ਨੂੰ ਤੇ ਚਲੋ ਬਣਾਇਆ ਵੀ ਹੋਊਗਾ ਆਪਾਂ ਐ ਨਹੀਂ ਆਦੇ ਲੀਡਰ ਯਾਰ ਜੇ ਲੀਡਰੀ ਚਾਹੁੰਦਾ ਕੋਈ ਘਰ ਵਾਸਤੇ ਫਿਰ ਪੁੱਤ ਧੀਆਂ ਵਾਸਤੇ ਵੀ ਬਣਾਉਣਾ ਲੋਕ ਆਉਂਦੇ ਉਹਨੇ ਬਣਾਇਆ ਤੇ ਪਰ ਬਣਾਇਆ ਹੋਊਗਾ ਵੀ ਤੇ ਪਰ ਪਹਿਲਾਂ ਕਿਹੜਾ ਅਮਰਾਸੀਆਂ ਦਾ ਮੁੰਡਾ ਸੀ ਰਘੂ ਰਾਜ ਟਰਾਂਸਪੋਰਟ ਸੀ ਉਹਨਾਂ ਦੀ ਪਹਿਲਾਂ ਅੰਗਰੇਜ਼ਾਂ ਅੰਗਰੇਜ਼ ਸਰਕਾਰ ਵੇਲੇ ਇਹਨਾਂ ਕੋਲੇ ਉਦੋਂ ਵੀ ਬਾਦਸ਼ਾਹੀਆਂ ਸੀਗੀਆਂ ਉਦੋਂ ਕਿਹੜਾ ਨੰਗ ਸੀਗੇ ਹੁਣ ਮੈਂ ਲਾ ਕੇ ਨਹੀਂ ਆਇਆ ਕਿਸੇ ਦੇ ਪਟਿਆਲੇ ਵਾਲੇ ਕਿਹੜਾ ਪਹਿਲਾਂ ਤੋਂ ਹੁਣ ਮੁੱਖ ਮੰਤਰੀ ਆਪਾਂ ਕੈਪਟਨ ਬਣਾਤਾ ਹੁਣ ਉਹਨਾਂ ਨੇ ਮਹਿਲ ਪਾਲਿਆ ਐਵੇਂ ਨਹੀਂ ਰੂਸਾ ਰੱਖੀ ਸੀ ਹਾਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਕੋਈ ਵੀ ਆ ਬੰਦੇ ਦਾ ਚਿਹਰਾ ਹੁੰਦਾ ਚਿਹਰਾ ਹੁੰਦਾ ਬੰਦੇ ਦਾ ਕੋਈ ਵੀ ਆ ਜੇ 5 ਵਾਰੀ ਸ਼੍ਰੋਮਣੀ ਅਕਾਲੀ ਦਲ ਸੱਤਾ ਚ ਆਇਆ ਉਹ ਆਇਆ ਬਾਦਲ ਦੇ ਚਿਹਰੇ ਤੇ ਜੇ ਅੱਜ ਆਮ ਆਦਮੀ ਪਾਰਟੀ ਰਾਜ ਦਾ ਸੁੱਖ ਮਾਰ ਰਹੀ ਆ ਭਗਵੰਤ ਮਾਨ ਦੇ ਚਿਹਰੇ ਨੂੰ ਪਿਛਲੀ ਵਾਰੀ ਕਿਹੜਾ ਹਵਾ ਹੈਣੀ ਸੀਗੀ ਆਮ ਆਦਮੀ ਦੀ ਉਹਨਾਂ ਨੇ ਸੀਐਮ ਨਹੀਂ ਕੋਈ ਵੀ ਕੈਂਡੀਡੇਟ ਐਲਾਨ ਕੀਤਾ ਪਿਛਲੀ ਵਾਰੀ ਵੱਜ ਗਿਆ ਸੀਗਾ ਨਾ ਪਲਟਾ ਦੂਜੂ ਵਿਰੋਧੀ ਧਿਰ ਹੀ ਰਹਿ ਗਈ ਸੀ ਐਤਕੀ ਇਹਨਾਂ ਨੇ ਪਹਿਲਾਂ ਹੀ ਭਗਵੰਤ ਮਾਨ ਲੋਕ ਭਗਵੰਤ ਮਾਨ ਨੂੰ ਚਾਹੁੰਦੇ ਆ ਕਈ ਟੁੱਟੇ ਬਹੁਤ ਹੋਏ ਤੇ ਫਿਰ ਉਹ ਕੰਮ ਸੈੱਟ ਹੋ ਗਿਆ ਨਾ ਹਾਂ ਤੇ ਜੇ ਹੁਣ ਕਾਂਗਰਸ 2 ਵਾਰੀ ਰਾਜ ਇਹਨਾਂ ਨੇ 2002 ਤੋਂ 7 ਤੱਕ ਤੇ ਮੁੜ ਕੇ 17 ਤੋਂ 22 ਤੱਕ ਉਹ ਕੈਪਟਨ ਦੇ ਚਿਹਰੇ ਨੂੰ ਮੁੜ ਕੇ ਬਾਅਦ ਚ ਇਹਨਾਂ ਨੇ ਚੰਨੀ ਬਣਾਤਾ ਫੇਸ ਵਧੀਆ ਸੀ ਨਾ ਹਾਂ ਇਹ ਮੁੜ ਕੇ ਬਾਅਦ ਚ ਚੰਨੀ ਬਣਿਆ ਤੇ ਚੰਨੀ ਨੂੰ ਕਿਸੇ ਨੇ ਮੁੜ ਕੇ ਨਹੀਂ ਕੀਤਾ ਸਹੀ ਨਹੀਂ ਮੰਨਿਆ ਆਪ ਹੀ ਹਰ ਗਿਆ ਆਪ ਹੀ ਹਰ ਗਿਆ ਨਾ ਹੁਣ ਰਾਜਾ ਵੜਨ ਕੇ ਵੀ ਪੱਗ ਬੰਨ ਕੇ ਰਾਦਾ ਟੂਟੀ ਵਾਲੀ ਸੀਐਮ ਦੀ ਬੈਠੂਗਾ ਘਰ ਬੰਦਾ ਕੁਰਸੀ ਤੇ ਬੈਠੂਗਾ ਕਰੀ ਸੀਐਮ ਦੀ ਤੇ ਬਣੂਗਾ ਹੈਗੀ ਕੁਆਲਿਟੀ ਇਹ ਵੀ ਵੱਡੇ ਬਾਦਲ ਤੋਂ ਸਿੱਖਿਆ ਲੱਗਦਾ ਹਾਂ ਗੱਲਾਂ ਬਾਦਲ ਸਾਹਿਬ ਆਣ ਗਏ ਇਹਦੇ ਕੋਲੇ ਮੈਂ ਕਦੇ ਠੀਕ ਆ ਲੋਕ ਤਾਂ ਮਰੀ ਜਾਂਦੇ ਆ ਕਦੇ ਤੂੰ ਨਾ ਬਹਿ ਕੇ ਵੇਖੀ ਦਿਮਾਗ ਲਾ ਕੇ ਇਹਦੀਆਂ ਗੱਲਾਂ ਸੁਣੀ ਮਿਲਵਰਤਨ ਵੀ ਉਹਦੇ ਵਾਲਾ ਹੈਗਾ ਠੀਕ ਹੈ ਜਿਹੜਾ ਸੰਗਤ ਦਰਸ਼ਨ ਕਰਦਾ ਆਪਣੀ ਯਾਰ ਸਦਾ ਹੀ ਚੜਾਈ ਆਪਾਂ ਨੂੰ ਸਾਰੇ ਇੱਕੋ ਜਿਹੇ ਆ ਕੋਈ ਆ ਜੇ ਪਰ ਮੈਂ ਜਿਹੜੀ ਗੱਲ ਤੈਨੂੰ ਆਣਾ ਵੀ ਕੇਰਾਂ ਰਾਜਾ ਬਣ ਕੇ ਮੁੱਖ ਮੰਤਰੀ ਬਣੂਗਾ ਕਿਉਂ ਬੰਦੇ ਦੀ ਕੁਆਲਿਟੀ ਹੈਗੀ ਬੋਲਦਾ ਵੀ ਆ ਤਿੰਨ ਕੁ ਮਹੀਨੇ ਬਣਾਈ ਮੰਤਰੀ ਹਨਾ ਪ੍ਰਧਾਨ ਬਣ ਗਿਆ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੋ ਗਈ ਚੰਗੇ ਕੰਮ ਕਰਿਆ ਪਿੰਡਾਂ ਚੋਂ ਨਰਕ ਕੱਢਤਾ ਹਾਂ ਲੋਕ ਟੇ ਲਾ ਲਾ ਕੇ ਨਾ ਅੱਗੇ ਪਿੰਡਾਂ ਚ ਮੀਂਹ ਪੈ ਜਾਣਾ ਗਰਕ ਚ ਭਿੱਜ ਕੇ ਆਉਣਾ ਹੁਣ ਜਦੋਂ ਜਾਈਦਾ ਐ ਲੱਗਦਾ ਜਿਵੇਂ ਕੈਨੇਡਾ ਦੀਆਂ ਸੜਕਾਂ ਤੇ ਫਿਰਦਾ ਹੁੰਦਾ ਕੰਮ ਕਰੇ ਆ ਬੰਦੇ ਸਿਵੇ ਵੀ ਵਧੀਆ ਬਣਾਤੇ ਆ ਸਿਵੇ ਵਾਲਾ ਕੰਮ ਥੋੜਾ ਜਿਹਾ ਗਲਤ ਵੀ ਹੈ ਯਾਰ ਜਿੱਥੇ ਬੰਦਾ ਹੀ ਫੂਕਣਾ ਉੱਥੇ ਇੰਨਾ ਬੜਾ ਜ਼ੋਰ ਨਹੀਂ ਦੇਣਾ ਚਾਹੀਦਾ ਪਾਰਕ ਪੂਰਕ ਵੀ ਬਣਾਏ ਆ ਠੀਕ ਆ ਬਣੂਗਾ ਕਿਹੜਾ ਸੀਐਮ ਮੇਰੇ ਦਿਮਾਗ ਜਿੱਥੋਂ ਤੇ ਕਾਹਦਾ ਤੇ ਕਿਹੜਾ ਬਣੂ ਸੁਖਵੀਰ ਬਾਦਲ ਵੀ ਸੁਖਵੀਰ ਵੀ ਬਣ ਜਾਏ ਨਾ ਉਹਦਾ ਸੁਪਨਾ ਪੂਰਾ ਹੋ ਜਾਏ ਸੁਪਨਾ ਵੀ ਪੂਰਾ ਹੋ ਜਾਏ ਇੱਕ ਗੱਲ ਵੀ ਯਾਰ ਹੋਰ ਆ ਸਿੱਧਾ ਜੱਟਾ ਜਿਵੇਂ ਵਾਦੇ ਨੇ ਬਾਹਲਾ ਕੱਬਾ ਜਟ ਵੈਣ ਜਿਹੜੀ ਗੱਲ ਕਹਿਦੀ ਟੱਟੂ ਬਾਹਰ ਆ ਉਹਦਾ ਇਹਨਾਂ ਪਾਣੀ 'ਚ ਬੱਸਾਂ ਚਲਾਊਂਗਾ ਕਿਹੜਾ ਚਲਾ ਤੀ ਕਿੱਥੋਂ ਮਰਦੀ ਚੱਲੀ ਭਵੇਂ ਦੋ ਦਿਨ ਕਿਹੜਾ ਚਲਾ ਤੀ ਸੜਕਾਂ ਹੀ ਬਣਾਏਗਾ ਸੜਕ ਬਾਈ ਵਾਕਿਆ ਹੀ ਬਣਾਏਗਾ ਬੰਬ ਮਾਰੇ ਤੋਂ ਨਹੀਂ ਟੁੱਟਦੀ ਬੰਬ ਮਾਰੇ ਤੋਂ ਨਹੀਂ ਟੁੱਟਦੀ ਇੱਕ ਦਿਨ ਮੈਂ ਵੀਡੀਓ ਲਿਆਊਂਗਾ ਹਾਂ ਤੇ ਟਰਾਲਾ ਲਾਇਆ ਬੱਜਰੀ ਦਾ ਉਹਤੇ ਹਾਂ ਮੈਂ ਵੀਡੀਓ ਆਪਾਂ ਪਾਵਾਂਗੇ ਵੀ ਬਾਦਲ ਦੀਆਂ ਕੀ ਦੇਣਾ ਤੇ ਕਾਂਗਰਸ ਦੀਆਂ ਕੀ ਦੇਣਾ ਤੇ ਭਗਵੰਤ ਮਾਨ ਦੀ ਕੀ ਦੇਣਾ ਇਹਦੇ ਤੇ ਵੀਡੀਓ ਆਪਾਂ ਬਣਾਉਣੀ ਹੈ ਇੱਕ ਦਿਨ ਊਂ ਤਾਂ ਆਪਾਂ ਪਾਰਟੀ ਬਾਜੀ ਤੋਂ ਬਾਹਰ ਆ ਪਰ ਆਪਾਂ ਬੰਦਿਆਂ ਦੀਆਂ ਦੇਣ ਦੱਸਦੇ ਆ ਵੀ ਕਿਹੜੇ ਚਿਹਰੇ ਨੇ ਕੀ ਕੰਮ ਕੀਤਾ ਕਿਹੜੇ ਨੇ ਆਪਾਂ ਇੱਕ ਵੀਡੀਓ ਚ ਤਿੰਨਾਂ ਪਾਰਟੀਆਂ ਦਾ ਹੀ ਦੱਸਦੇ ਆ ਤਿੰਨਾਂ ਦਾ ਹੀ ਦੱਸਾਂ ਤੇ ਚੌਥਾ ਸਿਮਰਜੀਤ ਮਾਨ ਉਹਦੀ ਵੀ ਦੱਸਾਂ ਸਿਮਰਜੀਤ ਮਾਨ ਨੇ ਤਾਂ ਯਾਰ ਉਹ ਤਾਂ ਸਿੰਘ ਆ ਸੂਰਮਾ ਉਹ ਤਾਂ ਬਾਹਰ ਆ ਰਾਜਨੀਤੀ ਤੋਂ ਉਹਨਾਂ ਦੇ ਤਾਂ ਯਾਰ ਤਲੀ ਤੇ ਰੱਖੀ ਆ ਪਤਾ ਨਹੀਂ ਕਿਹੜੇ ਵੇਲੇ ਆ ਜੇ ਉਹਨਾਂ ਦੀਆਂ ਬੱਬਰ ਸ਼ੇਰਾਂ ਦੀਆਂ ਗੱਲਾਂ ਆਪਣਾ ਯਾਰ ਮੂੰਹ ਛੋਟਾ ਉਹਨਾਂ ਦੀਆਂ ਗੱਲਾਂ ਨਹੀਂ ਕਰ ਜਾਂ ਉਹਦੀ ਸਿਮਰਜੀਤ ਮਾਨ ਹੋਇਆ ਜਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਏ ਉਹਨਾਂ ਦਾ ਯਾਰ ਮੁਕਾਬਲਾ ਕੌਣ ਕਰ ਲਊਗਾ ਭਿੰਡਰਾਂ ਵਾਲੇ ਸ਼ੇਰ ਦੀ ਕੌਣ ਰੀਸ ਕਰ ਲਊਗਾ ਆਪਾਂ ਉਹ ਸਰੂਪ ਚ ਆਣੀ ਹੈ ਜਣਾ ਨਹੀਂ ਆਪਾਂ ਬਈ ਉਹਨਾਂ ਤੋਂ ਤਾਂ ਹੱਥ ਜੋੜ ਕੇ ਮਾਫੀ ਆ ਬਲੀ ਵਾਟਾਂ ਆਪਾਂ ਆਪਣੇ ਮੂੰਹ ਛੋਟੇ ਆ ਆਪਾਂ ਐਡੀਆਂ ਗੱਲਾਂ ਨਹੀਂ ਕਰ ਸਕਦੇ ਠੀਕ ਹੈ
ਉਹ ਸਿੱਖ ਕੌਮ ਦੇ ਹੀਰੇ ਆ ਯਾਰ ਉਹ ਬੰਦੇ। ਚਲੋ ਬਾਈ ਬਹੁਤ ਬਹੁਤ ਧੰਨਵਾਦ। ਧੰਨਵਾਦ ਬਾਈ, ਅੱਜ ਤਾਂ ਬਾਈ ਨੇ ਖੇਤ ਹੀ ਛਾਪਾ ਮਾਰ ਲਿਆ, ਜਵਾਰ ਵੱਢੀ ਜਾਂਦਾ ਸੀ। ਨਹੀਂ ਕਈਆਂ ਦਾ ਹੁੰਦਾ ਬਈ ਵਹਿਮ। ਹਾਂ ਨਹੀਂ ਬਾਈ ਆਪਾਂ ਕੰਮ ਵਾਲੇ ਬੰਦੇ ਆ, ਪਾਟੇ ਆਹੀ ਲੀੜੇ ਆ ਭਰਾਵੋ, ਕੋਈ ਬਾਹਲੀ ਵੱਡੀ ਗੱਲ ਨੀ। ਆਹ ਵੇਖ ਲੋ ਆ ਕੁੜਤਾ ਪਾਟਿਆ ਪਿਆ ਟਾਂਡੇ ਵਜ ਵਜ, ਐਡੀ ਗੱਲ ਨੀ ਵੀ ਆਪਾਂ ਕੋਈ ਬਾਹਲੇ ਸਰਦਾਰ ਆ, ਕਿ ਹੱਥੀ ਕਿਰਤ ਕਰਕੇ ਖਾਣ ਵਾਲੇ ਆ ਆਪਾਂ। ਠੀਕ ਹੈ, ਧੰਨਵਾਦ ਬਾਈ ਜੀ, ਧੰਨਵਾਦ ਖੇਤ ਪਹੁੰਚਣ ਤੇ ਅੱਜ। ਠੀਕ ਹੈ।